ਹਾਂਜੀ ਦੋਸਤੋ, ਸਾਡੀ ਤਰੱਕੀ ਦੇਖਣਾ ਚਾਹੁੰਦੇ ਹੋ? ਇੰਗਲੈਂਡ 'ਚ ਬਹੁਤ ਕੀਤੀ ਹੈ ਅਸੀਂ, ਨਜ਼ਾਰਾ ਆ ਜਾਂਦਾ। ਆਹ ਦੇਖੋ ਹਾਲ ਸਾਡੇ, ਆ ਟੇਬਲ ਫੈਨ ਵਾਲਾ ਕੰਮ ਚਲਾਈਦਾ ਆਪਾਂ, ਬਸ ਇੰਨੀ ਕੁ ਤਰੱਕੀ ਕੀਤੀ ਅਸੀਂ ਇੱਥੇ ਆ ਕੇ। ਇੰਡੀਆ ਵਿੱਚ ਸਾਡੇ ਘਰਾਂ 'ਚ ਏਸੀ ਲੱਗੇ ਹੁੰਦੇ ਆ, ਇੱਥੇ ਸਾਡੇ ਘਰਾਂ 'ਚ ਟੇਬਲ ਫੈਨ ਹੁੰਦੇ ਆ। ਹੁਣ ਅਸੀਂ ਟੇਬਲ ਫੈਨ ਨਾਲ ਆਫਿਸ 'ਚ ਕੰਮ ਚਲਾਈਦਾ, ਘਰਾਂ 'ਚ ਕੰਮ ਚਲਾਈਦਾ, ਬਸ ਚੱਲੀ ਜਾਂਦਾ। ਇਹਦੇ ਕੋਲ ਬਹਿ ਜਾਓ, ਉਹਨੂੰ ਹਵਾ ਲੱਗਣੀ ਹੈ। ਜਿਹੜਾ ਪਿੱਛੇ ਜਿੱਦਾਂ ਪਿੰਡਾਂ 'ਚ ਨਹੀਂ ਹੁੰਦਾ ਕਿ ਇੱਕ ਪੱਖਾ ਲੱਗਿਆ ਹੋਇਆ ਅਤੇ 10 ਜਣੇ ਪਿੱਛੇ ਹੈਗੇ ਆ ਅਤੇ ਉਹਨਾਂ ਨੂੰ ਹਵਾ ਨਹੀਂ ਆਉਣੀ, ਇੱਥੇ ਵੀ ਉਹ ਹਿਸਾਬ ਆ। ਜਿਹਦੇ ਮੂਹਰੇ ਪੱਖਾ, ਪਿੱਛੇ ਜਿਹੜਾ ਬੈਠਾ ਉਹ ਤਾਂ ਕੁਝ ਬੈਠਾ ਹੋਇਆ, ਬਸ ਉਹਦਾ ਬੇਮਤਲਬ ਆ, ਕੋਈ ਫਾਇਦਾ ਨਹੀਂ ਬੈਠਣ ਦਾ। ਅਤੇ ਬਹੁਤ ਮਾੜਾ ਹਾਲ ਹੈ, ਗਰਮੀ ਬਹੁਤ ਪੈਂਦੀ ਹੈ। ਡੁਬਈ ਤੋਂ ਵੀ ਜ਼ਿਆਦਾ ਮਾੜੀ ਗਰਮੀ ਹੈ, ਕਿਉਂਕਿ ਡੁਬਈ 'ਚ ਘੱਟੋ ਘੱਟ ਪਸੀਨਾ ਤਾਂ ਆ ਜਾਂਦਾ, ਇੱਥੇ ਸਾਡਾ ਪਸੀਨਾ ਵੀ ਨਹੀਂ ਆਉਂਦਾ। ਤੁਸੀਂ ਪੂਰਾ ਦਿਨ ਬਾਹਰ ਖੜ੍ਹੇ ਰਹੋ, ਤੁਹਾਨੂੰ ਪਸੀਨਾ ਨਹੀਂ ਆਏਗਾ ਧੁੱਪ 'ਚ, ਲੇਕਿਨ ਪੂਰਾ ਦਿਨ ਬਾਹਰ ਖੜ੍ਹ ਕੇ ਜਦੋਂ ਸ਼ਾਮ ਨੂੰ ਘਰ ਜਾਓਗੇ, ਮਨ ਮਤਲਬ ਖੜ੍ਹੇ ਖੜ੍ਹੇ ਤੁਹਾਡਾ ਮਨ ਆਪਣੇ ਆਪ ਨੂੰ ਨਾ ਸਕਿੰਨ ਪਾੜਨ ਨੂੰ ਕਹਿੰਦਾ, ਕਿ ਆਪਣੀ ਸਕਿੰਨ ਆਪ ਹੀ ਪਾੜਦੀ ਹੈ।